दोस्तों फैक्ट टाइम में आपका स्वागत है। हमारे साथ बलदीश कौर जी हैं जो 20 सालों से डेरा सच्चा सौदा संस्था में आती हैं। जानते हैं इनसे भी बातचीत करके कि इनका क्या कहना है डेरा सच्चा सौदा संस्था को लेकर। बलदीप कौर जी का फैक्ट टाइम में आपका स्वागत है। 20 सालों से आ रही हैं डेरा सच्चा सौदा। हां जी, कैसा माहौल लगता है? बहुत बढ़िया। हुण तां बहुत बुरा लगता है अब, क्योंकि पिता जी इत्थे है नहीं गए। बहुत औख हुंदा। हां जी, पिता जी क्यों कहते हो आप उनको? वो ही साडे सब कुछ वा। ਪਿਤਾ ਜੀ ਕੀ ਕੀਤਾ ਉਹਨਾਂ ਨੇ ਤੁਹਾਡੇ ਲਈ? ਉਹਨਾਂ ਨੇ ਸਾਡੇ, ਜਦੋਂ ਮੈਂ ਪਹਿਲੀ ਵਾਰੀ ਆਈ, ਮੈਨੂੰ ਪਹਿਲੀ ਵਾਰ ਪਹਿਲੇ ਦਿਨੇ ਪੁੱਤ ਦੀ ਦਾਤ ਮਿਲ ਗਈ। ਹਾਂਜੀ, ਜੋ ਵੀ ਅਸੀਂ ਮੰਗਿਆ ਜੋ ਉਹੀ ਸਾਨੂੰ ਮਿਲਿਆ। ਮੇਰੀਆਂ ਬੇਟੀਆਂ ਬਾਹਰ ਗਈਆਂ, ਇਹਨਾਂ ਦੀ ਬਦੌਲਤ ਗਈਆਂ। ਸਾਡੀ ਔਕਾਤ ਨਹੀਂ ਸੀ ਜਿੰਨਾ ਕੁਛ ਮਾਲਕ ਨੇ ਸਾਨੂੰ ਦਿੱਤਾ। ਆਪਕੀ ਬੇਟੀਆਂ ਉਹ ਆਸ਼ਰਮ ਮੇ ਆਈ ਹੈ ਕਭੀ? ਆਸ਼ਰਮ? ਹਾਂਜੀ, ਪਹਿਲੇ ਆਉਂਦੀਆਂ ਸੀ, ਹੁਣ ਬਾਹਰ ਆ। ਅੱਛਾ, ਹੁਣ ਬਾਹਰ ਨਿਊਜ਼ੀਲੈਂਡ ਆਵੇ ਦੋਨੇ। ਹਾਂਜੀ, ਬੇਟਾ ਮੇਰਾ 19 ਸਾਲ ਦਾ ਹੁਣ ਹੋ ਗਿਆ, ਆਇਆ ਉਹ ਵੀ ਨਾਲ, ਮੇਰੇ ਹਸਬੈਂਡ ਵੀ ਆਏ ਆ। ਹਾਂਜੀ, ਤੋ ਯਹਾਂ ਪਰ ਲੜਕੀਓਂ ਕੀ ਸੁਰੱਖਿਆ ਕੋ ਲੇਕਰ ਮਾਹੌਲ ਕੈਸਾ ਲਗਤਾ ਹੈ ਆਪਕੋ ਡੇਰਾ? ਬਹੁਤ ਵਧੀਆ ਹੈ, ਬਹੁਤ ਵਧੀਆ ਸੁਰੱਖਿਆ ਹੈ ਬੱਚਿਆਂ ਦੀ। ਕਭੀ ਵੀ ਆਪਕੋ ਐਸਾ ਨਹੀਂ ਲਗਾ ਜੈਸਾ ਮੀਡੀਆ ਮੇਂ? ਕਦੀ ਵੀ ਨਹੀਂ। ਜੋ ਆਰੋਪ ਲਗਾਏ ਜਾ ਰਹੇ ਸਨ ਉਹ ਗਲਤ ਹੈ ਬਿਲਕੁਲ। ਫਿਰ ਸੱਚ ਕਿਆ ਹੈ? ਸੱਚ ਹੈ, ਪਿਤਾ ਜੀ ਨੂੰ ਆਉਣਾ ਲਿਆਉਣਾ ਚਾਹੀਦਾ ਹੈ। ਸਮਾਜ 'ਚ ਉਹ ਭਲਾਈ ਕਰਦੇ ਆ, ਦੁਨੀਆਂ ਦਾ ਬੁਰਾ ਨਹੀਂ ਕਰਦੇ। ਜਿਹੜੇ ਬੁਰੇ ਲੋਕ ਉਹਨਾਂ ਨੂੰ ਬੁਰਾ ਲੱਗਦਾ। ਕਿਆ ਅਪੀਲ ਕਰੋਗੇ ਆਪ ਸਰਕਾਰ ਸੇ? ਕਿਆ ਮਾਂ, ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਆ ਕਿ ਪਿਤਾ ਜੀ ਜਲਦੀ ਤੋਂ ਜਲਦੀ ਵਾਪਸ ਆਉਣੇ ਚਾਹੀਦੇ ਆ। ਹਾਂਜੀ, ਲਗਾਤਾਰ ਜੋ ਡਿਮਾਂਡ ਹੈ ਸੈਂਡ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਕੇ ਲਈ ਸਮਾਜ ਕੇ ਅੰਦਰ ਹੋ ਰਹੀ ਹੈ। ਆਪਕੀ ਕਿਆ ਰਾਏ ਹੈ ਜ਼ਰੂਰ ਡਾਲੀਏਗਾ ਕਮੈਂਟ ਬਾਕਸ ਮੇਂ। ਦੇਖਤੇ ਰਹੀਏ ਦਾ ਫੈਕਟ ਆਈ। ਬਹੁਤ ਬਹੁਤ ਧੰਨਵਾਦ।